ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸ਼ਾਹ ਫਾਰਮ ਦੇਤੇ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਜਿਹੜੀ ਆ ਮੈਗਨੀਸ਼ੀਅਮ ਸਲਫੇਟ ਖਾਦ ਬਾਰੇ ਜਿਹੜੀ ਆ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਮੈਗਨੀਸ਼ੀਅਮ ਸਲਫੇਟ ਖਾਦ ਕਿੱਥੋਂ ਖਰੀਦਣ ਤੇ ਆਪਾਂ ਨੂੰ ਸਹੀ ਮਿਲੇਗੀ ਅਤੇ ਕੀ ਰੇਟ ਜਿਹੜਾ ਹੈ ਆਪਾਂ ਨੂੰ ਮੈਗਨੀਸ਼ੀਅਮ ਸਲਫੇਟ ਦਾ ਜਿਹੜਾ ਹੈ ਉਹ ਮਿਲੇਗਾ ਮੈਗਨੀਸ਼ੀਅਮ ਸਲਫੇਟ ਇੱਕ ਬਹੁਤ ਹੀ ਗੁਣਕਾਰੀ ਜਿਹੜੀ ਖਾਦ ਆ ਆਪਣੇ ਝੋਨੇ ਨੂੰ ਜਿਹੜਾ ਹੈ ਹਰਾਪਣ ਪ੍ਰਦਾਨ ਕਰਦੀ ਹੈ ਪਿਛਲੇ ਤੋਂ ਪਿਛਲੇ ਸਾਲ ਜਦੋਂ ਇਸ ਦੀ ਵਰਤੋਂ ਕਰਨੀ ਸੀ ਤਾਂ ਆਮ ਦੁਕਾਨਾਂ ਤੋਂ ਮੈਗਨੀਸ਼ੀਅਮ ਸਲਫੇਟ ਜਿਹੜੀ ਆ ਸਾਨੂੰ ਨਹੀਂ ਮਿਲੀ ਆਸੇ-ਪਾਸੇ ਦੀਆਂ ਸਾਰੀਆਂ ਦੁਕਾਨਾਂ ਤੋਂ ਪਤਾ ਕੀਤਾ ਪਰ ਕਿਤੋਂ ਵੀ ਜਿਹੜੀ ਆ ਉਹ ਮੈਗਨੀਸ਼ੀਅਮ ਸਲਫੇਟ ਖਾਦ ਨਹੀਂ ਮਿਲੀ ਫਿਰ ਆਨਲਾਈਨ ਇਫਕੋ ਦੇ ਸਟੋਰ ਤੋਂ ਮੰਗਵਾਈ ਸੀ ਉਸ ਤੋਂ ਬਾਅਦ ਅਹੀਂ ਜਿਹੜਾ ਹੈ ਇਫਕੋ ਦੇ ਜਿਹੜਾ ਸੈਂਟਰ ਹੁੰਦਾ ਹੈ ਆਪਣੇ ਏਰੀਆ ਦੇ ਵਿੱਚ ਜਿਵੇਂ ਤਰਨਤਾਰਨ ਦੇ ਵਿੱਚ ਇੱਕ ਹੈਗਾ ਹੈ ਅਹੀਂ ਉੱਥੋਂ ਜਾ ਕੇ ਜਿਹੜੀ ਆ ਮੈਗਨੀਸ਼ੀਅਮ ਸਲਫੇਟ ਲੈਂਦੀ ਸੀ ਸਭ ਤੋਂ ਵਧੀਆ ਮੈਗਨੀਸ਼ੀਅਮ ਸਲਫੇਟ ਆਪਾਂ ਨੂੰ IFCO ਦੇ ਸਟੋਰ ਤੋਂ ਹੀ ਮਿਲ ਸਕਦੀ ਆ ਹੋਰ ਕਿਸੇ ਵੀ ਜਗ੍ਹਾ ਤੋਂ ਆਪਾਂ ਜਿਹੜੀ ਆ ਮੈਗਨੀਸ਼ੀਅਮ ਸਲਫੇਟ ਖਾਦ ਨਾ ਹੀ ਖਰੀਦੀਗੇ ਤਾਂ ਚੰਗੀ ਗੱਲ ਆ ਕਿਉਂਕਿ ਆਪਾਂ ਨੂੰ IFCO ਤੋਂ ਬਹੁਤ ਹੀ ਵਧੀਆ ਤੇ ਬਹੁਤ ਹੀ ਸਸਤੇ ਰੇਟ ਤੇ ਆਪਾਂ ਨੂੰ ਮੈਗਨੀਸ਼ੀਅਮ ਖਾਦ ਜਿਹੜੀ ਆ ਉਹ ਮਿਲ ਜਾਂਦੀ ਆ ਆਮ ਤੌਰ ਤੇ ਜਦੋਂ ਆਪਾਂ ਦੁਕਾਨਾਂ ਉੱਪਰ ਮੈਗਨੀਸ਼ੀਅਮ ਸਲਫੇਟ ਖਾਦ ਲੈਣ ਜਾਂਦੇ ਆ ਤਾਂ ਉਹ ਆਪਾਂ ਨੂੰ ਭੰਬਲਪੂਸੇ ਚ ਪਾ ਦਿੰਦੇ ਆ ਉਹ ਆਪਣੇ ਪ੍ਰੋਡਕਟ ਵੇਚਣ ਦੇ ਚੱਕਰ ਦੇ ਵਿੱਚ ਆਪਾਂ ਨੂੰ ਕਹ ਦਿੰਦੇ ਹਨ ਕਿ ਇਹਦਾ ਕੋਈ ਫਾਇਦਾ ਨਹੀਂਗਾ ਇਹ ਰੇਤលੀਆਂ ਜ਼ਮੀਨਾਂ ਵਿੱਚ ਜਾਂ ਕਿਸੇ ਹੋਰ ਜ਼ਮੀਨਾਂ ਵਿੱਚ ਪੈਂਦੀ ਆ ਉਹ ਆਪਣੇ ਉਹ ਆਪਣੇ ਪ੍ਰੋਡਕਟ ਦਾ ਫਾਇਦਾ ਜਿਹੜਾ ਦੱਸਦੇ ਆ ਜਿਹੜੇ ਮਿਕਸਚਰ ਦੁਕਾਨਦਾਰਾਂ ਵੱਲੋਂ ਜਿਹੜੇ ਵੇਚੇ ਜਾਣੇ ਹੁੰਦੇ ਆ ਉਹਨਾਂ ਦਾ ਫਾਇਦਾ ਦੱਸ ਕੇ ਆਪਾਂ ਨੂੰ ਜਿਹੜੇ ਆ ਉਹ ਮਿਕਸਚਰ ਚਕਾ ਦਿੰਦੇ ਆ ਜਿਨ੍ਹਾਂ ਦਾ ਆਪਾਂ ਨੂੰ ਕੋਈ ਵੀ ਫਾਇਦਾ ਨਹੀਂ ਹੁੰਦਾ ਕਈ ਦੁਕਾਨਦਾਰ ਤਾਂ ਜਿਹੜਾ ਹੈ ਮੈਗਨੀਜ਼ ਨੂੰ ਮੈਗਨੀਸ਼ੀਅਮ ਸਲਫੇਟ ਕਹਿ ਕਹਿ ਕੇ ਵੇਚੀ ਜਾਂਦੇ ਆ ਹਾਲੇ ਕੀ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਦੁਕਾਨਦਾਰ ਜਿਹੜਾ ਐ ਉਹ ਕਹਿੰਦਾ ਸੀ ਕਿ ਇਹ ਮੈਗਨੀਸ਼ੀਅਮ ਸਲਫੇਟ ਜਾਂ ਮੈਗਨੀਜ਼ ਨੂੰ ਪਰ ਥੋੜੀ ਜੀ ਸਮਝ ਹੋਣ ਦੇ ਕਾਰਨ ਜਿਹੜੀ ਆ ਉਹ ਨਹੀਂ ਖਰੀਦੀ ਨਹੀਂ ਤਾਂ ਕੋਈ ਵੀ ਕਿਸਾਨ ਜਿਹੜਾ ਐ ਇਦਾਂ ਧੋਖਾ ਧੜੀ ਦਾ ਸ਼ਿਕਾਰ ਹੋ ਜਾਂਦਾ ਹੈ ਉਹ ਮੈਗਨੀਜ਼ ਨੂੰ ਮੈਗਨੀਸ਼ੀਅਮ ਸਲਫੇਟ ਕਹਿ ਕੇ ਜਿਹੜੀ ਆ ਵੇਚ ਜਾਂਦੇ ਆ ਕਿਉਂਕਿ ਇਸ ਵਿੱਚ ਜਿਹੜੀ ਆ ਬਿੱਟ ਬਹੁਤ ਹੀ ਜ਼ਿਆਦੀ ਘੱਟ ਹੁੰਦੀ ਆ ਤੇ ਇਸ ਨਾਲ ਜਿਹੜੇ ਉਹਨਾਂ ਦੇ ਬਾਕੀ ਬਾਇਓ ਪ੍ਰੋਡਕਟ ਜਿਹੜੇ ਆ ਉਹ ਵਿਕਣੇ ਬੰਦ ਹੋ ਜਾਂਦੇ ਆ ਸੋ ਜੇਕਰ ਆਪਾਂ ম্যাগਨੀਸ਼ੀਅਮ ਸਲਫੇਟ ਖਾਦ ਖਰੀਦਣੀ ਆ ਤਾਂ ਆਪਾਂ ਸਿਰਫ ਤਾਂ ਸਿਰਫ ਇਫਕੋ ਦੇ ਸਟੋਰ ਤੋਂ ਖਰੀਦ ਲਈਏ ਇਹ ਵੀ ਹੁਣ ਹੁਣ ਜਿਹੜਾ ਛਾਈ ਟਾਈਮ ਆ ম্যাগਨੀਸ਼ੀਅਮ ਸਲਫੇਟ ਜੇਕਰ ਆਪਾਂ ਪਾਉਣੀ ਆ ਆਪਣੇ ਝੋਨੇ ਦੇ ਵਿੱਚ ਤਾਂ ਹੁਣੇ ਹੀ ਖਰੀਦ ਕੇ ਰੱਖ ਲਈਏ ਕਿਉਂਕਿ ਜਦੋਂ ਝੋਨਾ 40 ਤੋਂ 50 ਦਿਨ ਦਾ ਹੁੰਦਾ ਹੈ ਉਦੋਂ ਪਾਉਣੀ ਹੁੰਦੀ ਆ ਉਦੋਂ ਇੱਕੇ ਵਾਰੀ ਜਿਹੜਾ ਇਹ ਉੱਥੇ ਵੀ ਰਸ਼ ਪੈ ਜਾਂਦਾ ਹੈ ਤੇ ਉਹਨਾਂ ਕੋਲੋਂ ਵੀ ਖਾਦ ਜਿਹੜੀ ਆ ਉਹ ਪੂਰੀ ਨਹੀਂ ਹੁੰਦੀ ਸੋ ਇਸ ਕਰਕੇ ਆਪਾਂ ਜੇਕਰ ਮੈਗਨੀਸ਼ੀਅਮ ਸਲਫੇਟ ਖੇਤ ਵਿੱਚ ਪਾਉਣੀ ਆਪਣੇ ਝੋਨੇ ਵਿੱਚ ਤਾਂ ਆਪਾਂ ਇਹ ਕੰਮ ਕਰੀਏ ਕਿ ਆਪਾਂ ਪਹਿਲਾਂ ਹੀ ਜਿਹੜੀ ਆ ਉਹ ਖਰੀਦ ਕੇ ਰੱਖ ਲਈਏ ਤੇ ਧਿਆਨ ਰੱਖਿਓ ਕਿ 25 ਕਿਲੋ ਵਾਲਾ ਗੱਟਾ ਤੋੜਾ ਜਿਹੜਾ ਹੈ ਉਹ ਆਪਾਂ ਨੂੰ 650 ਰੁਪਏ ਦਾ ਮਿਲੇਗਾ 25 ਕਿਲੋ ਮੈਗਨੀਸ਼ੀਅਮ ਸਲਫੇਟ ਆਪਾਂ ਨੂੰ ਜਿਹੜੀ ਆ ਉਹ 650 ਰੁਪਏ ਦੀ ਮਿਲੇਗੀ ਸੋ ਜੇਕਰ ਜਾਣਕਾਰੀ ਵਧੀਆ ਲੱਗੇ ਤਾਂ ਅੱਗੇ ਕਿਸਾਨਾਂ ਤੱਕ ਛੇ ਜਰੂਰ ਕਰ ਦੇਵੀਂ ਧੰਨਵਾਦ ਆ ਸਹਿਮਤ ਹੋਏ ਤੇ ਮੇਰੀ ਵੀਡੀਓ ਸ਼ੇਅਰ ਕਰਨ ਦੀ ਲੋੜ ਨਹੀਂ ਡਿਕਸ ਲੈ ਕਰ ਦਿਆ